ਅਕਾਲ ਨਮਸਕਾਰ ਮੈਂ ਤੁਹਾਡੀ ਆਪਣੀ ਅਨੂ ਮੈਂ ਤੁਹਾਨੂੰ ਅੱਜ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਕਰਵਾਉਣ ਜਾ ਰਹੀ ਹਾਂ ਇਹ ਸਪੈਸ਼ਲ ਮੇਰੇ ਜਨਮ ਦਿਨ ਦੇ ਮੌਕੇ ਤੇ ਮੇਰੇ ਪਰਿਵਾਰ ਵੱਲੋਂ ਮਨਾਇਆ ਗਿਆ ਹੈ ਤੇ ਮੈਂ ਸਭ ਨੂੰ ਇਹੀ ਵੀ ਕਹੂੰਗੀ ਕਿ ਇਹ ਸੱਭਿਆਚਾਰ ਨੂੰ ਅੱਗੇ ਚਲਾਇਆ ਜਾਵੇ ਜਿਹੜੇ ਕਿ ਆਪਣੀ ਆਉਣ ਵਾਲੀ ਜਨਰੇਸ਼ਨ ਆ ਪੀੜ੍ਹੀ ਆ ਉਹਨਾਂ ਨੂੰ ਵੀ ਪੰਜਾਬੀ ਸੱਭਿਆਚਾਰ ਬਾਰੇ ਪਤਾ ਹੋਵੇ ਕਿ ਸਾਡੇ ਜੋ ਬਜ਼ੁਰਗ ਆ ਕਿਵੇਂ ਰਹਿੰਦੇ ਸੀ ਰਹਿਣ ਵਸੇਰਾ ਉਹਨਾਂ ਦਾ ਕਿਵੇਂ ਦਾ ਸੀ ਕਿਵੇਂ ਦਾ ਸੱਭਿਆਚਾਰ ਸੀ ਸਾਰਾ ਸਭ ਬਾਰੇ ਉਹਨਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ ਅਤੇ ਇਹਨੂੰ ਚਲਾਉਣ ਦੇ ਲਈ ਮੈਂ ਚਾਹੁੰਦੀ ਹਾਂ ਕਿ ਇਸ ਨੂੰ ਅੱਗੇ ਤੋਂ ਅੱਗੇ ਵਧਾਇਆ ਜਾਵੇ ਜਿੰਨੇ ਵੀ ਆਪਣੇ ਬੱਚੇ ਆ ਉਹਨਾਂ ਨੂੰ ਜਾਗਰੂਕ ਕਰਵਾਇਆ ਜਾਵੇ ਕਿ ਆਪਣੇ ਪੁਰਾਣੀ ਸੱਭਿਆਚਾਰ ਕਿੱਦਾਂ ਦਾ ਸੀ ਔਰ ਹੁਣ ਦੇ ਤੁਸੀਂ ਸਾਰੇ ਜਾਣਦੇ ਹੀ ਹੈ ਕਿ ਕਿਵੇਂ ਦਾ ਹੋ ਚੁੱਕਿਆ ਆ ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਹੋਰ ਜਿੰਨਾ ਹੋ ਸਕੇ ਉਹਨਾਂ ਪੜ੍ਹਾਓ ਸਪੈਸ਼ਲ ਕਿ ਆਪਣੀ ਕੁੜੀਆਂ ਆ ਜਿਹੜੀਆਂ ਉਹਨਾਂ ਨੂੰ ਆਪਣੇ ਅੱਗੇ ਵਧਾਓ ਜੋ ਕਰਨਾ ਚਾਹੁੰਦੀਆਂ ਉਹਨਾਂ ਨੂੰ ਕਰਵਾਓ ਅਤੇ ਨਸ਼ੇ ਬਾਰੇ ਮੈਂ ਕਹਿਣਾ ਚਾਹੂੰਗੀ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਹੈਗੇ ਆ ਅਤੇ ਜਿੰਨੇ ਵੀ ਨਸ਼ੇ ਆ ਇਹਨਾਂ ਨੂੰ ਨਸ਼ਿਆਂ ਨੂੰ ਹਟਾਓ ਜਿੰਨੇ ਵੀ ਸਤਿ ਸ਼੍ਰੀ ਅਕਾਲ ਨਮਸਕਾਰ ਧੰਨਵਾਦ ਤੀਆਂ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਮੇਰੇ ਜਨਮ ਦਿਨ ਦੀਆਂ ਵੀ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਛੋਟੀ ਸਿਸਟਰ ਅਨੂ ਦੇ ਜਨਮ ਦਿਨ 'ਤੇ ਜੋ ਕਿ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਸਾਰੇ ਮੁਹੱਲੇ ਵਾਸੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਅਤੇ ਬਹੁਤ ਹੀ ਹੁੰਮ ਹੁਮਾ ਕੇ ਮੁਹੱਲੇ ਵਾਲੇ ਪਹੁੰਚੇ ਆ ਅਤੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ ਲਾਏ